ਸੀਸੀਟੀਵੀ ਤਸਵੀਰਾਂ ਤਾਂ ਗੌਰ ਨਾਲ ਦੇਖ ਹੀ ਲਈਆਂ ਕਿ ਕਿਵੇਂ ਬਾਬਾ ਖੇਤਰਪਾਲ ਮੰਦਿਰ ਦੇ ਵਿੱਚ ਇਹ ਚੋਰ ਵੜਿਆ ਹੋਇਆ ਸੀ। ਗੋਲਕ ਤੋੜਦਾ ਏ, ਚੜਾਵਾ ਚੋਰੀ ਕਰਕੇ ਲੈ ਜਾਂਦਾ ਏ, ਪਰ ਇਸ ਨੂੰ ਇਹ ਨਹੀਂ ਪਤਾ ਸੀ ਕਿ ਹੁਣ ਗੁਰੂ ਘਰਾਂ ਦੇ ਨਾਲ ਨਾਲ ਮੰਦਿਰਾਂ 'ਚ ਵੀ ਕੈਮਰੇ ਲੱਗਣ ਲੱਗ ਗਏ ਨੇ। ਤਾਂ ਪੁਲਿਸ ਨੇ ਕੈਮਰਿਆਂ ਰਾਹੀਂ ਇਸ ਦੀ ਪਹਿਚਾਣ ਕੀਤੀ। ਸੀਸੀਟੀਵੀ ਦੇ ਵਿੱਚ ਪਹਿਲਾਂ ਫੁਟੇਜ ਦੀ ਛਾਣਬੀਨ ਕੀਤੀ। ਤਸਵੀਰਾਂ ਦਿਖਾ ਰਹੇ ਤੁਹਾਨੂੰ ਸ੍ਰੀ ਮੁਕਤਸਰ ਸਾਹਿਬ ਦੇ ਅਬੋਹਰ ਰੋਡ ਸਥਿਤ ਬਾਬਾ ਖੇਤਰਪਾਲ ਮੰਦਿਰ ਦੀਆਂ, ਜਿੱਥੇ ਬੀਤੇ ਦਿਨਾਂ ਦੇ ਵਿੱਚ ਚੋਰੀ ਹੋਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਹੁਣ ਚੋਰ ਨੂੰ ਫੜ ਲਿਆ ਏ। ਇਸ ਚੋਰ ਦੇ ਖਿਲਾਫ ਪਹਿਲਾਂ ਵੀ 3 ਮਾਮਲੇ ਦਰਜ ਨੇ। ਭਗਤਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਉਹਨਾਂ ਦੇ ਮੰਦਿਰ ਦੇ ਵਿੱਚ ਚੋਰੀ ਹੋਈ ਸੀ। ਇਸ ਤੋਂ ਬਾਅਦ ਜਿਹੜੇ ਟਰੱਸਟੀ ਸੀ ਮੰਦਿਰ ਦੇ, ਜਿਹੜੇ ਭਗਤ ਸੀ, ਉਹ ਕਾਫੀ ਪਰੇਸ਼ਾਨ ਸੀ ਅਤੇ ਨਾਰਾਜ਼ ਸੀ ਪ੍ਰਸ਼ਾਸਨ ਤੋਂ, ਪਰ ਹੁਣ ਪ੍ਰਸ਼ਾਸਨ ਨੇ ਉਹਨਾਂ ਸਾਰਿਆਂ ਨੂੰ ਖੁਸ਼ ਕਰਤਾ ਹੈ। ਚੋਰ ਗ੍ਰਿਫਤ ਦੇ ਵਿੱਚ ਹੈ। ਇੱਥੇ ਮੁਕਤਸਰ ਦੇ ਵਿੱਚ ਇਹ ਖੇਤਰਪਾਲ ਜੀ ਦਾ ਮੰਦਿਰ ਹੈਗਾ, ਉੱਥੇ ਇੱਕ ਚੋਰੀ ਦੀ ਵਾਰਦਾਤ ਹੋਈ ਸੀ। ਤਾਂ ਸਾਡੀ ਟੀਮ ਨੇ ਬਹੁਤ ਛੇਤੀ ਵੱਖ ਵੱਖ ਟੀਮ ਬਣਾ ਕੇ DSP ਸਾਹਿਬ ਔਰ SSO ਸਿਟੀ ਨੇ ਬੜੀ ਮਿਹਨਤ ਕੀਤੀ ਉਹਦੇ ਵਿੱਚ। ਤਾਂ ਉਹਦੇ ਵਿੱਚ ਜੋ ਦੋਸ਼ੀ ਸੀ ਰਾਜੂ ਉਰਫ ਰਿੰਕੂ, ਜੋ ਮੁਕਤਸਰ ਦਾ ਰਹਿਣ ਵਾਲਾ ਹੈਗਾ, ਉਸਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਔਰ ਉਹਦੇ ਕੋਲੋਂ ਰਿਕਵਰੀ ਵੀ ਹੋਈ ਹੈਗੀ। ਇਹ ਜੋ ਦੋਸ਼ੀ ਹੈਗਾ ਉਸਕੇ ਖਿਲਾਫ਼ ਪਹਿਲੇ ਵੀ 3 FIR ਆਲਰੇਡੀ ਦਰਜ ਹੈਗੀ। ਇੱਕ 376 ਕੀ FIR ਹੈਗੀ ਔਰ 2 ਚੋਰੀ ਕੀ ਵਾਰਦਾਤ ਹੈਗੀ। ਮਤਲਬ ਇਹ ਹੈਬਿਚੁਅਲ ਚੋਰ ਹੈਗਾ, ਇਸਨੇ ਵਾਰਦਾਤ ਨੂੰ ਅੰਜਾਮ ਦਿੱਤਾ। ਇਸਨੂੰ ਵੀ ਅਸੀਂ ਜਲਦੀ ਟਰੇਸ ਕਰਕੇ ਔਰ ਇਹ ਵਾਰਦਾਤ ਸਾਡੇ ਟਰੇਸ ਹੋ ਗਈ। ਸਰ ਇਹਦੇ ਵਿੱਚ ਕੋਈ ਲੱਗਿਆ ਹੈਗਾ ਪਤਾ ਕਿ ਕੋਈ ਹੋਰ ਸ਼ਾਮਲ ਸੀ ਜਾਂ ਇਕੱਲਾ ਹੀ ਸੀ? ਨਹੀਂ, ਐਜ ਆਫ ਨਾਓ ਇਸਨੂੰ ਅਸੀਂ ਅਰੈਸਟ ਕੀਤਾ ਹੈਗਾ। ਤਾਂ ਅਭੀ ਤਾਂ ਇਹ ਅਕੇਲਾ ਹੀ ਸੀ, ਜੋ CCTV ਫੁਟੇਜ ਉਹਦੇ ਵਿੱਚ ਵੀ ਮੋਸਟ ਪ੍ਰੋਬਲੀ ਇਹੀ ਹੈਗਾ। ਅਗਰ ਹੋਰ ਵੀ ਕਿਸੇ ਦੀ ਸਹੂਲਤ ਆਈ, ਮੰਨ ਲਓ ਕੋਈ ਬਾਹਰ ਬੰਦਾ ਖੜਿਆ ਹੋ, ਜੋ ਕੋਈ ਬਾਈਕ ਲੈ ਕੇ ਆਇਆ ਹੋ ਜਾਂ ਅੰਦਰ ਅਕੇਲਾ ਗਿਆ, ਤਾਂ ਉਹ ਇੱਕ ਫਰਦਰ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ। ਅਗਰ ਕੋਈ ਆਏਗਾ ਤਾਂ ਅਸੀਂ ਜਲਦੀ ਹੀ ਟਰੇਸ ਕਰਕੇ ਉਸਨੂੰ ਵੀ ਅਰੈਸਟ ਕਰਾਂਗੇ। CCTV ਤਸਵੀਰਾਂ ਤਾਂ ਗੌਰ ਨਾਲ ਦੇਖ ਹੀ ਲਈਆਂ ਕਿ ਕਿਵੇਂ ਬਾਬਾ ਖੇਤਰਪਾਲ ਮੰਦਿਰ ਦੇ ਵਿੱਚ ਇਹ ਚੋਰ ਵੜਿਆ ਹੋਇਆ ਸੀ। ਗੋਲਕ ਤੋੜਦਾ ਏ, ਚੜਾਵਾ ਚੋਰੀ ਕਰਕੇ ਲੈ ਜਾਂਦਾ ਏ, ਪਰ ਇਸ ਨੂੰ ਇਹ ਨਹੀਂ ਪਤਾ ਸੀ ਕਿ ਹੁਣ ਗੁਰੂ ਘਰਾਂ ਦੇ ਨਾਲ ਨਾਲ ਮੰਦਿਰਾਂ 'ਚ ਵੀ ਕੈਮਰੇ ਲੱਗਣ ਲੱਗ ਗਏ ਨੇ। ਤਾਂ ਪੁਲਿਸ ਨੇ ਕੈਮਰਿਆਂ ਰਾਹੀਂ ਇਸ ਦੀ ਪਹਿਚਾਣ ਕੀਤੀ। CCTV ਦੇ ਵਿੱਚ ਪਹਿਲਾਂ ਫੁਟੇਜ ਦੀ ਛਾਣਬੀਨ ਕੀਤੀ। ਤਸਵੀਰਾਂ ਦਿਖਾ ਰਹੇ ਤੁਹਾਨੂੰ ਸ੍ਰੀ ਮੁਕਤਸਰ ਸਾਹਿਬ ਦੇ ਅਬੋਹਰ ਰੋਡ ਸਥਿਤ ਬਾਬਾ ਖੇਤਰਪਾਲ ਮੰਦਿਰ ਦੀਆਂ, ਜਿੱਥੇ ਬੀਤੇ ਦਿਨਾਂ ਦੇ ਵਿੱਚ ਚੋਰੀ ਹੋਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਹੁਣ ਚੋਰ ਨੂੰ ਫੜ ਲਿਆ ਏ। ਇਸ ਚੋਰ ਦੇ ਖਿਲਾਫ਼ ਪਹਿਲਾਂ ਵੀ 3 ਮਾਮਲੇ ਦਰਜ ਨੇ। ਭਗਤਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਉਹਨਾਂ ਦੇ ਮੰਦਿਰ ਦੇ ਵਿੱਚ ਚੋਰੀ ਹੋਈ ਸੀ। ਇਸ ਤੋਂ ਬਾਅਦ ਜਿਹੜੇ ਟਰੱਸਟੀ ਸੀ ਮੰਦਿਰ ਦੇ, ਜਿਹੜੇ ਭਗਤ ਸੀ, ਉਹ ਕਾਫੀ ਪਰੇਸ਼ਾਨ ਸੀ ਅਤੇ ਨਾਰਾਜ਼ ਸੀ ਪ੍ਰਸ਼ਾਸਨ ਤੋਂ, ਪਰ ਹੁਣ ਪ੍ਰਸ਼ਾਸਨ ਨੇ ਉਹਨਾਂ ਸਾਰਿਆਂ ਨੂੰ ਖੁਸ਼ ਕਰਤਾ ਹੈ। ਚੋਰ ਗ੍ਰਿਫਤ ਦੇ ਵਿੱਚ ਹੈ। ਇੱਥੇ ਮੁਕਤਸਰ ਦੇ ਵਿੱਚ ਇਹ ਖੇਤਰਪਾਲ ਜੀ ਦਾ ਮੰਦਿਰ ਹੈਗਾ, ਉੱਥੇ ਇੱਕ ਚੋਰੀ ਦੀ ਵਾਰਦਾਤ ਹੋਈ ਸੀ। ਤਾਂ ਸਾਡੀ ਟੀਮ ਨੇ ਬਹੁਤ ਛੇਤੀ ਵੱਖ ਵੱਖ ਟੀਮ ਬਣਾ ਕੇ DSP ਸਾਹਿਬ ਔਰ SSO ਸਿਟੀ ਨੇ ਬੜੀ ਮਿਹਨਤ ਕੀਤੀ ਉਹਦੇ ਵਿੱਚ। ਤਾਂ ਉਹਦੇ ਵਿੱਚ ਜੋ ਦੋਸ਼ੀ ਸੀ ਰਾਜੂ ਉਰਫ ਰਿੰਕੂ, ਜੋ ਮੁਕਤਸਰ ਦਾ ਰਹਿਣ ਵਾਲਾ ਹੈਗਾ, ਉਸਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਔਰ ਉਹਦੇ ਕੋਲੋਂ ਰਿਕਵਰੀ ਵੀ ਹੋਈ ਹੈਗੀ। ਇਹ ਜੋ ਦੋਸ਼ੀ ਹੈਗਾ ਉਸਕੇ ਖਿਲਾਫ਼ ਪਹਿਲੇ ਵੀ 3 FIR ਆਲਰੇਡੀ ਦਰਜ ਹੈਗੀ। ਇੱਕ 376 ਕੀ FIR ਹੈਗੀ ਔਰ 2 ਚੋਰੀ ਕੀ ਵਾਰਦਾਤ ਹੈਗੀ। ਮਤਲਬ ਇਹ ਹੈਬਿਚੁਅਲ ਚੋਰ ਹੈਗਾ, ਇਸਨੇ ਵਾਰਦਾਤ ਨੂੰ ਅੰਜਾਮ ਦਿੱਤਾ। ਇਸਨੂੰ ਵੀ ਅਸੀਂ ਜਲਦੀ ਟਰੇਸ ਕਰਕੇ ਔਰ ਇਹ ਵਾਰਦਾਤ ਸਾਡੇ ਟਰੇਸ ਹੋ ਗਈ। ਸਰ ਇਹਦੇ ਵਿੱਚ ਕੋਈ ਲੱਗਿਆ ਹੈਗਾ ਪਤਾ ਕਿ ਕੋਈ ਹੋਰ ਸ਼ਾਮਲ ਸੀ ਜਾਂ ਇਕੱਲਾ ਹੀ ਸੀ? ਨਹੀਂ, ਐਜ ਆਫ ਨਾਓ ਇਸਨੂੰ ਅਸੀਂ ਅਰੈਸਟ ਕੀਤਾ ਹੈਗਾ। ਤਾਂ ਅਭੀ ਤਾਂ ਇਹ ਅਕੇਲਾ ਹੀ ਸੀ, ਜੋ CCTV ਫੁਟੇਜ ਉਹਦੇ ਵਿੱਚ ਵੀ ਮੋਸਟ ਪ੍ਰੋਬਲੀ ਇਹੀ ਹੈਗਾ। ਅਗਰ ਹੋਰ ਵੀ ਕਿਸੇ ਦੀ ਸਹੂਲਤ ਆਈ, ਮੰਨ ਲਓ ਕੋਈ ਬਾਹਰ ਬੰਦਾ ਖੜਿਆ ਹੋ, ਜੋ ਕੋਈ ਬਾਈਕ ਲੈ ਕੇ ਆਇਆ ਹੋ ਜਾਂ ਅੰਦਰ ਅਕੇਲਾ ਗਿਆ, ਤਾਂ ਉਹ ਇੱਕ ਫਰਦਰ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ। ਅਗਰ ਕੋਈ ਆਏਗਾ ਤਾਂ ਅਸੀਂ ਜਲਦੀ ਹੀ ਟਰੇਸ ਕਰਕੇ ਉਸਨੂੰ ਵੀ ਅਰੈਸਟ ਕਰਾਂਗੇ।